ਅੱਜ ਮੈਂ ਸ਼ੇਅਰ ਕਰਾਂਗੀ ਜ਼ੁਕੀਨੀ ਅਤੇ ਆਲੂ ਦੀ ਸਬਜ਼ੀ। ਅਤੇ ਇਹ ਮੈਂ ਕਿੱਦਾਂ ਬਣਾਉਂਦੀ ਹਾਂ ਇਹਦੀ ਰੈਸਪੀ ਅੱਜ ਸ਼ੇਅਰ ਕਰਾਂਗੀ। ਹੈਲੋ ਫਰੈਂਡਸ, ਅੱਜ ਮੈਂ ਤੁਹਾਡੇ ਨਾਲ ਜ਼ੁਕੀਨੀ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੀ। ਉਹਦੇ ਲਈ ਸਾਨੂੰ ਚਾਹੀਦੀਆਂ ਜ਼ੁਕੀਨੀ, ਆਲੂ, ਪਿਆਜ, ਲਸਣ, ਹਰੀ ਮਿਰਚ ਅਤੇ ਥੋੜ੍ਹਾ ਅਦਰਕ ਜੋ ਮੈਂ ਪੀਸ ਕੇ ਰੱਖ ਲਿਆ ਹੈ। ਅਤੇ ਜਿਹੜੇ ਜਿਹੜੇ ਮਸਾਲੇ ਚਾਹੀਦੇ ਉਹ ਮੈਂ ਨਾਲ ਨਾਲ ਦੱਸਾਂਗੀ। ਹੁਣ ਪਹਿਲਾਂ ਇਹਨੂੰ ਕੱਟ ਕੇ ਤਿਆਰ ਕਰ ਲਵਾਂਗੇ। ਸਬਜ਼ੀਆਂ ਮੈਂ ਸਾਰੀਆਂ ਕੱਟ ਕੇ ਤਿਆਰ ਕਰ ਲਈਆਂ ਹੈ। ਜ਼ੁਕੀਨੀ ਇਸ ਤਰ੍ਹਾਂ ਕੱਟ ਲਈ, ਆਲੂ ਇਹਦੇ ਵਿੱਚ ਮੈਂ ਟਮਾਟਰ ਵੀ ਪਾਵਾਂਗੀ, ਪਿਆਜ ਕੱਟ ਲਏ, ਹਰੀ ਮਿਰਚ, ਲਸਣ, ਅਦਰਕ ਅਦਰਕ ਨੂੰ ਮੈਂ ਪੀਸ ਲਿਆ ਹੈ, ਲਸਣ ਨੂੰ ਕੱਟ ਲਿਆ ਹੈ, ਹਰੀ ਮਿਰਚ, ਪਿਆਜ, ਜ਼ੁਕੀਨੀ, ਆਲੂ, ਟਮਾਟਰ ਇੱਕ। ਜਿਹੜੇ ਮਸਾਲੇ ਪਾਉਣੇ ਉਹ ਮੈਂ ਨਾਲ ਨਾਲ ਦੱਸੀ ਜਾਵਾਂ। ਚਲੋ ਸ਼ੁਰੂ ਕਰਦੇ ਹਾਂ, ਚਲੋ ਸਟਾਰਟ ਕਰਦੇ ਹਾਂ ਜ਼ੁਕੀਨੀ ਬਣਾਉਣੀ। ਮੈਂ ਇਹ ਸਬਜ਼ੀ ਓਲਿਵ ਓਇਲ ਵਿੱਚ ਬਣਾਵਾਂਗੀ। ਤੁਸੀਂ ਜਿਹੜਾ ਚਾਹੋ ਓਇਲ ਵਰਤ ਸਕਦੇ ਹਾਂ, ਦੇਸੀ ਘੀ ਯੂਜ਼ ਕਰ ਸਕਦੇ। ਸਭ ਤੋਂ ਪਹਿਲਾਂ ਮੈਂ ਓਇਲ ਪਾਉਂਗੀ, ਤੇਲ ਥੋੜ੍ਹਾ ਗਰਮ ਹੋਣ 'ਤੇ ਮੈਂ ਉਹਦੇ ਵਿੱਚ ਜੀਰਾ ਪਾ ਦਾਂਗੀ, ਇੱਕ ਚਮਚ ਜੀਰਾ। ਥੋੜ੍ਹੀ ਜਿਹੀ ਅਜਵਾਇਣ, ਜੀਰਾ ਥੋੜ੍ਹਾ ਪੱਕਣ ਦੇਵਾਂਗੇ। ਜੀਰਾ ਅਤੇ ਅਜਵਾਇਣ ਥੋੜ੍ਹੇ ਬਰਾਊਨ ਹੋ ਗਏ, ਮੈਂ ਹੁਣ ਇਹਦੇ ਵਿੱਚ ਪਿਆਜ਼ ਪਾ ਦਾਂ। ਪਿਆਜ਼ ਨੂੰ ਥੋੜ੍ਹਾ ਜਿਹਾ ਪੱਕਣ ਦੇਣਾ, ਫਿਰ ਪਿਆਜ਼ ਥੋੜ੍ਹੀ ਪੱਕ ਗਏ ਆ। ਹੁਣ ਮੈਂ ਇਹਦੇ ਵਿੱਚ ਅਦਰਕ, ਲਸਣ ਅਤੇ ਹਰੀ ਮਿਰਚ ਪਾ ਦਾਂਗੀ।
ਜਦ ਤੱਕ ਅਦਰਕ ਲਸਣ ਪੱਕ ਰਿਹਾ ਹੈ ਮੈਂ ਇੱਕ ਟਮਾਟਰ ਕੱਟ ਕੇ ਤਿਆਰ ਕਰ ਲਵਾਂਗੀ। ਪਿਆਜ਼ ਅਦਰਕ ਲਸਣ ਮਿਰਚ ਥੋੜ੍ਹਾ ਪੱਕ ਗਏ ਆ, ਮੈਂ ਹੁਣ ਇਹਦੇ ਵਿੱਚ ਟਮਾਟਰ ਪਾ ਲਵਾਂਗੀ। ਟਮਾਟਰ ਦੇ ਨਾਲ ਹੀ ਮੈਂ ਇਹਦੇ ਵਿੱਚ 1 ਚਮਚ ਨਮਕ ਪਾ ਦਿੰਦੀ। ਮਿਕਸ ਕਰ ਦਾਂਗੇ। ਨਮਕ ਨਾਲ ਟਮਾਟਰ ਛੇਤੀ ਪੱਕ ਜਾਣਗੇ। ਟਮਾਟਰਾਂ ਨੂੰ ਥੋੜ੍ਹਾ ਪਕਾਵਾਂ। ਟਮਾਟਰ ਥੋੜ੍ਹੇ ਪੱਕ ਗਏ ਆ, ਹੁਣ ਮੈਂ ਇਹਦੇ ਵਿੱਚ ਮਸਾਲਾ ਪਾਵਾਂਗੀ। ਹਲਦੀ, ਥੋੜ੍ਹਾ ਜਿਹਾ ਧਨੀਆ ਪਾਊਡਰ, ਥੋੜ੍ਹੀ ਜਿਹੀ ਕਾਲੀ ਮਿਰਚ ਪਾਉਣੀ, ਬਸ ਮਿਕਸ ਕਰ ਲਈ। ਗੈਸ ਥੋੜ੍ਹਾ ਘੱਟ ਕਰ ਲਾਂ, ਮਸਾਲੇ ਨਾ ਜਲ ਜਾਣ। ਮਸਾਲਿਆਂ ਨੂੰ 2 ਕੁ ਮਿੰਟ ਪਕਾਵਾਂਗੇ। ਇਹਦੇ ਵਿੱਚ ਆਲੂ ਪਾ ਆਲੂ ਤੋਂ ਬਾਅਦ ਨਾਲ ਹੀ ਜ਼ੁਕੀਨੀ ਪਾ ਲਵਾਂਗੇ। ਮਿਕਸ ਕਰ ਦਾਂਗੇ ਚੰਗੀ ਤਰ੍ਹਾਂ। ਹੁਣ ਇਹਨੂੰ ਸਲੋ ਤੋਂ ਮੀਡੀਅਮ ਫਲੇਮ 'ਤੇ ਹੈ ਨਾ ਢੱਕ ਕੇ ਪਕਾਵਾਂ। 10 ਮਿੰਟ ਬਾਅਦ ਮੈਨੂੰ 5 ਤੋਂ 10 ਮਿੰਟ ਬਾਅਦ ਮੈਨੂੰ ਚੈੱਕ ਕਰਾਂਗੀ। ਸਬਜ਼ੀ ਨੂੰ ਰੱਖਿਆ ਹੁਣ 5-7 ਮਿੰਟ ਹੋ ਗਏ ਆ, ਚੈੱਕ ਕਰਦੇ ਹਾਂ ਅਤੇ ਛੇੜਾ ਦਿੰਦੇ ਹਾਂ।
ਸਬਜ਼ੀ ਨੂੰ ਹਲੇ ਟਾਈਮ ਲੱਗੇਗਾ, ਢੱਕ ਕੇ ਇਹਨੂੰ ਪੱਕਣ ਦੇਵਾਂਗੇ। 5-7 ਮਿੰਟ ਬਾਅਦ ਦੁਬਾਰਾ ਮੈਂ ਚੈੱਕ ਕਰਾਂਗੀ, ਦੁਬਾਰਾ ਚੈੱਕ ਕਰਦੇ ਹਾਂ। ਚਲੋ ਚੈੱਕ ਕਰਦੇ ਹਾਂ, ਇੱਕ ਆਲੂ ਤੋੜ ਕੇ ਦੇਖਾਂਗੇ ਟੁੱਟਦਾ ਹੈ ਕਿ ਨਹੀਂ। ਆਲੂ ਟੁੱਟ ਰਿਹਾ ਹੈ, ਸਬਜ਼ੀ ਆਪਣੀ ਪੱਕ ਗਈ ਹੈ। ਹੁਣ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਕਿਚਨ ਕਿੰਗ ਮਸਾਲਾ ਪਾਵਾਂਗੇ। ਥੋੜ੍ਹਾ ਜਿਹਾ ਧਨੀਆ ਪਾਵਾਂਗੇ ਜੋ ਕਿ ਮੈਂ ਫ੍ਰਿਜ ਵਿੱਚ ਸਟੋਰ ਕਰਕੇ ਰੱਖਿਆ ਹੋਇਆ। ਸਬਜ਼ੀ ਆਪਣੀ ਬਣ ਕੇ ਤਿਆਰ ਹੈ। ਗੈਸ ਮੈਂ ਬੰਦ ਕਰ ਦਾਂਗੀ ਤੇ ਸਬਜ਼ੀ ਨੂੰ ਪਲੇਟ 'ਚ ਪਾਵਾਂਗੀ।